in between for the study. ਤੁਸੀਂ ਐਜ਼ ਅ ਸੈਕਿੰਡ ਈਅਰ ਦੇ ਜਿਹੜੇ ਸਟੂਡੈਂਟ ਹੈਗੇ ਹੋ ਤੁਹਾਡੇ ਵਾਸਤੇ ਹਾਲੇ ਵੀ ਆਪਣੇ ਕੈਰੀਅਰ ਨੂੰ ਬਣਾਉਣ ਵਾਸਤੇ ਆਪਣੀ ਐਜੂਕੇਸ਼ਨ ਕੰਪਲੀਟ ਕਰਨ ਵਾਸਤੇ ਇੱਕ ਸਾਲ ਦਾ ਟਾਈਮ ਹੈ ਮਤਲਬ ਜਦ ਤੱਕ ਤੁਹਾਡੀ ਡਿਗਰੀ ਜਾਂ ਕੋਰਸ ਪੂਰਾ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਇਸ ਕਾਲਜ ਦੇ ਸਟੂਡੈਂਟ ਰਹੋਗੇ ਔਰ ਆਪਣੀ ਪੜ੍ਹਾਈ ਕੰਪਲੀਟ ਕਰੋਗੇ ਇਨ ਬਿਟਵੀਨ ਇਹਦੇ ਵਿੱਚ ਹੀ ਅਸੀਂ ਤੁਹਾਨੂੰ ਤੁਹਾਡੇ ਸਕਿੱਲਸ ਡਿਵੈਲਪ ਕਰਨ ਵਾਸਤੇ ਤੁਹਾਡਾ ਕੈਰੀਅਰ ਗਰੋਥ ਪੂਰਾ ਦੱਸਣ ਵਾਸਤੇ ਤੁਹਾਨੂੰ ਟ੍ਰੇਨਿੰਗਸ ਦੇਵਾਂਗੇ ਇੱਕ ਸਵਾਲ ਮੈਂ ਹੋਰ ਪੁੱਛੂੰਗਾ ਇਸ ਕਲਾਸ ਰੂਮ ਦੇ ਕਿਉਂਕਿ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਤੁਹਾਨੂੰ ਕੈਰੀਅਰ ਡਿਵੈਲਪ ਕਰਨ ਦੇ ਨਾਲ ਨਾਲ ਪੈਸੇ ਕਮਾਉਣ ਦੀ ਉਹ ਵੀ ਦਊਗਾ ਓਪਰਚੁਨਿਟੀ ਵੀ ਦਊਗਾ ਵੀ ਤੁਸੀਂ ਘਰੇ ਰਹਿ ਕੇ ਆਪਣੀ ਪੜ੍ਹਾਈ ਦੇ ਨਾਲ ਨਾਲ ਪੈਸੇ ਵੀ ਕਮਾ ਸਕਦੇ ਹੋ ਔਰ ਆਪਣੀ ਪੜ੍ਹਾਈ ਦਾ ਖਰਚਾ ਕਰ ਸਕਦੇ ਹੋ ਆਪਣੇ ਜਿਹੜੀ ਵੀ ਤੁਹਾਡੀ ਇੱਛਾਵਾਂ ਨੇ ਉਹਨਾਂ ਨੂੰ ਪੂਰਾ ਕਰ ਸਕਦੇ ਹੋ